ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਪੈਂਡਿੰਗ ਨੇ। 2011 'ਚ ਆਖਰੀ ਵਾਰ ਚੋਣ ਹੋਈ ਸੀਗੀ, ਲੇਕਿਨ ਹੁਣ ਦੁਬਾਰਾ ਚੋਣਾਂ ਕਦੋਂ ਹੋਣਗੀਆਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ SGPC ਦੇ ਲਈ ਕਮਿਸ਼ਨਰ ਜਿਹੜੇ ਨਿਯੁਕਤ ਕਰਨੇ ਨੇ ਉਹ ਨਹੀਂ ਨਿਯੁਕਤ ਕੀਤੇ ਗਏ, ਫਿਰ ਕਮਿਸ਼ਨਰ ਨਿਯੁਕਤ ਹੋਏ, ਦਫ਼ਤਰ ਨਹੀਂ ਮਿਲਿਆ, ਸਟਾਫ ਨਹੀਂ ਮਿਲਿਆ, ਹੁਣ ਦਫ਼ਤਰ ਵੀ ਹੈ, ਸਟਾਫ ਵੀ ਹੈ, ਵੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਤਾਂ ਕੀ ਇਸੇ ਸਾਲ ਦਸੰਬਰ ਤੱਕ SGPC ਦੀਆਂ ਚੋਣਾਂ ਸੰਭਵ ਨੇ? ਔਰ ਇਸ ਵਾਰ ਹੁਣ ਤੱਕ ਮਹਿਜ਼ 27 ਲੱਖ ਵੋਟਾਂ ਹੀ ਬਣ ਸਕੀਆਂ ਨੇ, 2011 'ਚ 51 ਲੱਖ ਵੋਟਾਂ ਸੀਗੀਆਂ, ਤਾਂ ਇਸ ਵਾਰ ਵੋਟਾਂ ਕਿਉਂ ਘੱਟ ਬਣ ਰਹੀਆਂ ਨੇ? ਗੱਲਬਾਤ ਕਰਦੇ ਹਾਂ ਰਿਟਾਇਰਡ ਜਸਟਿਸ SS ਆਰੋ ਹੋਰਾਂ ਨਾਲ, SGPC ਗੁਰਦੁਆਰਾ ਕਮਿਸ਼ਨਰ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 8 'ਤੇ। ਥੈਂਕ ਯੂ ਸੋ ਮੱਚ ਭਾਈ ਜੀ, ਮੈਂ ਬੜਾ ਸ਼ੁਕਰਗੁਜ਼ਾਰ ਹੈ ਨਿਊਜ਼ 18 ਚੈਨਲ ਦਾ, ਜਿਹੜਾ ਇਹ ਮੌਕਾ ਦਿੱਤਾ ਹੈਗਾ ਸਾਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਔਰ ਲੋਕਾਂ ਨਾਲ ਗੱਲਬਾਤ ਕਰਨ ਦਾ। ਔਰ ਮੈਂ ਇਹ ਮੌਕਾ ਵੀ ਲੈਂਦਾ ਵੀ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਅਪੀਲ ਕਰਦਾ ਵੀ ਉਹ ਜਿੰਨੇ ਵੀ ਐਲੀਜੀਬਲ ਵੋਟਰ ਨੇ ਉਹ ਆਪਣੀਆਂ ਵੋਟਾਂ ਬਣਾਉਣ ਔਰ ਇਸ ਦੇ ਪੁਰਬ ਨਾਲ ਹਮਾਇਤ ਦੇਣ, ਸਾਡਾ ਸਾਥ ਦੇਣ, ਤਾਂ ਕਿ ਇਹ ਚੋਣਾਂ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੋਰਡ ਦੀਆਂ ਨੇ ਇਹ ਹੋ ਸਕਣ, ਤਾਂ ਇਸ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ। ਕਿਉਂਕਿ ਸਿੱਖ ਸੰਗਤ ਇੰਤਜ਼ਾਰ ਕਰ ਰਹੀ ਹੈ, 2011 ਦੇ ਵਿੱਚ ਆਖਰੀ ਵਾਰ ਚੋਣ ਹੋਈ ਸੀ, ਹੁਣ ਕਦੋਂ ਤੱਕ ਸੰਭਵ ਹੈ ਕਿ ਚੋਣ ਕਰਵਾਈ ਜਾ ਸਕੇ? ਤੁਸੀਂ 4 ਵਾਰ ਐਕਸਟੈਂਡ ਕੀਤਾ ਵੋਟਾਂ ਦੀ ਕਿ ਵੋਟਾਂ ਬਣਾਈਆਂ ਜਾਣ, ਵੋਟਾਂ ਦੀ ਗਿਣਤੀ ਬੇਹੱਦ ਥੋੜ੍ਹੀ ਹੋਈ ਹੈ ਪਿਛਲੇ 2011 ਦੇ ਮੁਕਾਬਲੇ। ਪਹਿਲਾ ਸਵਾਲ ਇਹ ਹੈ ਕਿ ਦਸੰਬਰ ਤੱਕ ਚੋਣਾਂ ਹੋ ਸਕਦੀਆਂ ਨੇ? ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਵੀ ਜੀ ਬਾਰ ਬਾਰ ਵੋਟਾਂ ਕਿਉਂ, ਟਾਈਮ ਕਿਉਂ ਵਧਾਇਆ ਜਾ ਰਿਹਾ ਹੈਗਾ? ਇਸ ਦੇ ਮਤਲਬ ਮੈਂ ਤੁਹਾਨੂੰ ਦੱਸਾਂ, ਜਦੋਂ ਇਹ ਪ੍ਰੋਗਰਾਮ ਕਾਰਿਆਕ੍ਰਮ ਅਸੀਂ ਸ਼ੁਰੂ ਕੀਤਾ ਸੀ ਵੋਟਾਂ ਬਣਾਉਣ ਦਾ, ਉਸ ਸਮੇਂ 'ਤੇ ਕਿਸਾਨ ਐਜੀਟੇਸ਼ਨ ਚੱਲ ਰਿਹਾ ਸੀਗਾ ਔਰ ਸਾਰੇ ਜਿੰਨੇ ਵੀ ਐਲੀਜੀਬਲ ਵੋਟਰ ਸੀ ਉਹਦੇ 'ਚ ਰੁੱਝੇ ਹੋਏ ਸੀ। ਗੁਰਪੁਰਬ ਦੇ ਦਿਨ ਉਹ ਕਿਸਾਨ ਐਜੀਟੇਸ਼ਨ ਖਤਮ ਹੋਇਆ, ਜਦੋਂ ਮੰਗ ਮੰਨੀ ਗਈ, ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਬਹੁਤ ਵੱਡੀ ਇਹ ਦੇਣ ਦਿੱਤੀ। ਇਸ ਤੋਂ ਬਾਅਦ ਇਹ ਥੋੜ੍ਹਾ ਜਿਹਾ ਕੰਮ ਸ਼ੁਰੂ ਹੋਇਆ, ਪਰ ਨਾਲ ਹੀ ਉਸ ਸਮੇਂ ਹਾੜੀ ਦੀ ਬਿਜਾਈ ਸ਼ੁਰੂ ਹੋਣੀ ਸੀ ਨਵੰਬਰ ਦਾ ਮਹੀਨੇ ਦੇ ਵਿੱਚ, ਤਾਂ ਲੋਕ ਉਹਦੇ 'ਚ ਬਿਜਾਈ 'ਚ ਰੁੱਝ ਗਏ ਸੀਗੇ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਸਭਾ ਦਾ ਹੁੰਦਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ, ਲੋਕ ਬੜੀ ਵੱਡੀ ਤਾਦਾਦ ਵਿੱਚ ਉਸ ਨੂੰ ਮਨਾਉਂਦੇ ਨੇ ਔਰ ਉਹਦੇ 'ਚ ਉਤਸਾਹ ਨਾਲ ਪਾਰਟੀਸਪੇਟ ਕਰਦੇ ਨੇ। ਨਾਲ ਹੀ ਨਵਾਂ ਸਾਲ ਆ ਗਿਆ, ਫਿਰ ਲੋਹੜੀ ਦਾ ਤਿਉਹਾਰ ਆ ਗਿਆ, ਅਗਲੇ ਦਿਨ ਮਾਘੀ ਦਾ ਮੇਲਾ ਹੈਗਾ। ਇਹਨਾਂ ਤਿਉਹਾਰਾਂ ਕਰਕੇ ਸਾਡਾ ਕੰਮ ਕਾਫੀ ਫਲੋ ਰਿਹਾ ਜਿੰਨਾ ਅਸੀਂ ਚਾਹੁੰਦੇ ਸੀ ਨਹੀਂ ਹੋ ਸਕਿਆ। ਉਸ ਤੋਂ ਬਾਅਦ ਦੇਖੋ ਵਿਧਾਨ ਸਭਾ ਦੀਆਂ ਇਲੈਕਸ਼ਨ ਦੀ ਕੋਈ ਵਿਧਾਨ ਸਭਾ ਨਹੀਂ, ਲੋਕ ਸਭਾ ਦੀਆਂ ਇਲੈਕਸ਼ਨ ਆਈਆਂ, ਉਹਦੇ ਵਿੱਚ ਸਾਰੇ ਲੁੜੇ ਵੀ ਸੀ। ਇਸ ਕਰਕੇ ਸਾਨੂੰ ਸਮੇਂ ਸਮੇਂ ਸਿਰ ਵੱਧ ਤੋਂ ਵੱਧ ਵੋਟਾਂ ਬਣਾਉਣ ਦਾ ਟਾਈਮ ਲੱਗਣਾ ਸੀ। ਪਿਛਲੀ ਦਫ਼ਾ ਜਿਹੜੇ ਤੁਸੀਂ ਕਹਿੰਦੇ ਹੋ 55 ਲੱਖ ਵੋਟਾਂ ਬਣਾਈਆਂ, ਉਹਦੇ ਵਿੱਚ ਫੋਟੋਗ੍ਰਾਫ ਕੰਪਲਸਰੀ ਨਹੀਂ ਸੀਗੇ। ਇਸ ਵਾਰੀ ਅਸੀਂ ਕੰਪਲਸਰੀ ਕੀਤੀ ਹੈ ਫੋਟੋਗ੍ਰਾਫ ਵੀ, ਤਾਂ ਕਿ ਜੇ ਕਿਸੇ ਨੇ ਓਬਜੈਕਸ਼ਨ ਲਾਉਣਾ ਹੋਵੇ ਵੀ ਬੰਦਾ ਸਹੀ ਨਹੀਂ ਵੋਟਰ ਬਣਿਆ, ਉਹਦੀ
ਓਬਜੈਕਸ਼ਨ ਉਹ ਫਾਈਲ ਕਰ ਸਕੇ ਔਰ ਉਹ ਦੇਖਿਆ ਜਾ ਸਕੇ ਤਾਂ ਕਿ ਅਕੋਰਡਿੰਗ ਟੂ ਦੀ ਐਕਟ ਜਿਹੜਾ ਹੈ ਜੋ ਵੀ ਉਹਨਾਂ ਦੇ ਨਿਯਮ ਬਣਾਏ ਨੇ ਦ ਬੋਰਡ ਇਲੈਕਸ਼ਨ ਰੂਲ 1959 ਦੇ ਮੁਜਬ ਉਹਦੇ ਮੁਜਬ ਵੋਟਾਂ ਬਣਨ ਤਾਂ ਕਿ ਕੋਈ ਗਲਤ ਵੋਟ ਨਾ ਬਣੇ। ਤਾਂ ਜਿੱਥੇ ਤੱਕ ਤੁਹਾਡਾ ਸਵਾਲ ਹੈਗਾ 10 ਦਸੰਬਰ ਤੱਕ ਕੀ ਇਲੈਕਸ਼ਨ ਹੋਣ, ਮੈਂ ਇਸ 'ਤੇ ਅੱਗੇ ਆਉਂਦਾ। ਪਹਿਲਾਂ ਆਪਾਂ ਇਸੇ ਗੱਲ 'ਤੇ ਥੋੜ੍ਹੀ ਜਿਹੀ ਡਿਸਕਸ਼ਨ ਕਰ ਲੈਂਦੇ ਹਾਂ। 55 ਲੱਖ ਜਾਂ 51 ਲੱਖ ਪਿਛਲੀ ਵਾਰ 2011 ਦੇ ਵਿੱਚ ਸੀ, ਇਸ ਵਾਰ 27 ਲੱਖ। 16 ਸਤੰਬਰ ਤੁਸੀਂ ਡੇਟ ਐਕਸਟੈਂਡ ਕੀਤੀ ਹੈ, ਕੀ ਇਹ ਡੇਟ ਐਕਸਟੈਂਡ ਹੋਰ ਹੋ ਸਕਦੀ ਹੈ ਜੇਕਰ ਉਹ ਟੀਚਾ ਨਹੀਂ ਪਹੁੰਚਦਾ? ਔਰ ਕੋਈ ਟੀਚਾ ਸਪੈਸੀਫਿਕ ਤੁਸੀਂ ਰੱਖਿਆ ਕਿ 50 ਲੱਖ ਦਾ ਕ੍ਰੋਸ ਕਰਨਾ ਹੈ ਜਾਂ 16 ਸਤੰਬਰ ਲਾਸਟ ਡੇਟ ਹੈ? ਨਹੀਂ, ਅਸੀਂ ਦੇਖੋ ਕੋਈ ਉਹ ਨਹੀਂ ਰੱਖਿਆ ਵੀ ਕਿੰਨੀਆਂ ਵੋਟਾਂ ਬਣਨੀਆਂ ਚਾਹੀਦੀਆਂ। ਸਾਡੀਆਂ ਕੋਸ਼ਿਸ਼ ਹੈਗੀ ਵੀ ਵੱਧ ਤੋਂ ਵੱਧ ਜਿੰਨੀਆਂ ਹੋ ਸਕਦੀਆਂ ਨੇ ਹੋ ਜਾਣ ਅਤੇ ਅਸੀਂ ਉਹਨਾਂ ਨੂੰ ਬਣਾਈਏ ਵੋਟਾਂ। ਸਾਡਾ ਕੋਈ ਐਸਾ ਮਕਸਦ ਨਹੀਂ ਹੈਗਾ ਵੀ 50 ਲੱਖ ਬਣਾਉਣੀਆਂ ਜਾਂ 60, ਜਿੰਨੇ ਵੀ ਬਣਦੀਆਂ ਨੇ ਅਸੀਂ ਉਹਨਾਂ ਨੂੰ ਬਣਾਉਣ। 16 ਸਤੰਬਰ ਲਾਸਟ ਹੈ ਜਾਂ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ? ਅੱਜ ਦੇ ਦਿਨ ਲਾਸਟ ਹੈਗਾ ਜੀ, ਪਰ ਜੇ ਕਿਸੇ ਦੀ ਰਿਕੁਐਸਟ ਆਵੇ ਵੀ ਇਹਨੂੰ ਐਕਸਟੈਂਡ ਕਰੋ ਤਾਂ ਅਸੀਂ ਕਰ ਦਾਂਗੇ। ਪਿਛਲੀ ਦਫ਼ਾ ਵੀ ਅਸੀਂ ਹਮੇਸ਼ਾ ਰਿਕੁਐਸਟ 'ਤੇ ਹੀ ਕੀਤੀ ਹੈਗੀ, ਆਪਣੇ ਵੱਲੋਂ ਨਹੀਂ ਕੀਤੀ। ਦੂਸਰਾ ਵੀ ਤੁਸੀਂ ਕਿਹਾ ਕਿ ਇਸ ਵਾਰ ਇੱਕ ਤੁਸੀਂ ਕਿਉਂਕਿ ਤਸਵੀਰ ਲਾਜ਼ਮੀ ਕੀਤੀ ਹੈ, ਇਸ ਕਰਕੇ ਵੀ ਜਿਹੜਾ ਵੈ ਵੋਟਾਂ ਦੀ ਗਿਣਤੀ ਘੱਟ ਹੈ, ਕਿਉਂਕਿ ਪਿਛਲੀ ਵਾਰ ਕਈ ਵਾਰ ਜਾਲੀ ਜਾਂ ਜਿਹੜੇ ਸਹਿਜਧਾਰੀ ਸੀਗੇ ਉਹਨਾਂ ਦੀਆਂ ਵੋਟਾਂ ਬਣ ਜਾਂਦੀਆਂ ਸੀਗੀਆਂ? ਸਹਿਜਧਾਰੀ ਨਹੀਂ, ਜਿਹਨਾਂ ਦੇ ਮਤਲਬ ਪੂਰਾ ਸਰੂਪ ਨਹੀਂ ਸੀਗਾ ਉਹਨਾਂ ਦੀ ਵੋਟਾਂ ਬਣ ਜਾਂਦੀਆਂ ਸੀ। ਇਸ ਵਾਰੀ ਵੀ ਹੁਣ ਪਹਿਲਾਂ ਅਸੀਂ ਲੇਡੀਜ਼ ਵਾਸਤੇ ਕੰਪਲਸਰੀ ਰੱਖੀਆਂ ਸੀਗੀਆਂ ਫੋਟੋਆਂ, ਪਰ ਹੁਣੇ ਪਿੱਛੇ ਜੇ ਕਈ ਜਗ੍ਹਾ ਤੋਂ ਡਿਪਟੀ ਕਮਿਸ਼ਨਰ ਵੱਲੋਂ ਆਏ ਫੀਡਬੈਕ ਜਿਹੜਾ ਆਇਆ ਉਹ ਇਸ ਤਰ੍ਹਾਂ ਆਇਆ ਵੀ ਜਨਾਨੀਆਂ ਕਤਰਾਉਂਦੀਆਂ ਨੇ ਵੋਟਾਂ ਬਣਾਉਣ ਤੋਂ, ਆਪਣੀ ਫੋਟੋ ਖਿਚਾਉਣ ਤੋਂ। ਸੋ ਇਸ ਲਈ ਉਹਨਾਂ ਲਈ ਅਸੀਂ ਆਪਸ਼ਨਲ ਕਰਤਾ ਹੈਗਾ ਤਾਂ ਕਿ ਵੱਧ ਤੋਂ ਵੱਧ ਲੇਡੀਜ਼ ਪਾਰਟੀਸਪੇਟ ਕਰਨ, ਤਾਂ ਇਸ ਲਈ ਉਹਨਾਂ ਵਾਸਤੇ ਅਸੀਂ ਆਪਸ਼ਨਲ ਕੀਤੀ ਹੈਗੀ। ਦੂਸਰਾ ਵੀ ਕਿਉਂਕਿ ਪਿਛਲੇ 10-12 ਸਾਲਾਂ 'ਚ ਰੁਝਾਨ ਵਿਦੇਸ਼ ਦਾ ਬਹੁਤ ਵਧਿਆ, ਪਹਿਲਾਂ ਨੌਜਵਾਨ ਜਾਂਦੇ ਸੀਗੇ ਹੁਣ ਬਜ਼ੁਰਗਾਂ ਨੂੰ ਵੀ ਆਪਣੇ ਪੰਜਾਬੀ ਲੈ ਜਾਂਦੇ ਆ, ਕੀ ਇਹ ਵੀ ਵਜ੍ਹਾ ਹੈ ਕਿ 27 ਲੱਖ ਹੀ ਵੋਟਾਂ ਪਹੁੰਚੀਆਂ ਨੇ? ਜਿਹੜੇ ਜਿਨ੍ਹਾਂ ਦਾ ਪੂਰਾ ਸਰੂਪ ਹੈ ਉਹ ਜ਼ਿਆਦਾਤਰ ਵਿਦੇਸ਼ਾਂ ਵਾਲੇ ਪਾਸੇ ਰੁਖ ਕਰ ਰਹੇ ਨੇ, ਇਸ ਕਰਕੇ ਵੀ ਜਿਹੜੀ ਪੋਪੂਲੇਸ਼ਨ ਹੈ ਉਹ ਘਟੀ ਹੈ? ਹਾਂ, ਇਹ ਵੀ ਹੋ ਸਕਦੀ ਹੈ ਜੀ, ਇਹਨਾਂ ਕਰਕੇ ਵੀ ਕਾਫੀ ਘੱਟ ਸਕਦੀ ਹੈ ਜੀ, ਔਰ ਇਹਨਾਂ ਕਰਕੇ ਵੀ ਇਹ ਵੋਟਾਂ ਦੀ ਗਿਣਤੀ 'ਚ ਫਰਕ ਤਾਂ ਪੈਂਦਾ ਹੀ ਹੈਗਾ ਜੀ, ਜਿੰਨੀ ਪੋਪੂਲੇਸ਼ਨ ਬਾਹਰ ਚਲੇ ਜਾਂਦੀ ਹੈ ਪਿੰਡਾਂ 'ਚੋਂ ਔਰ ਖਾਸ ਕਰ ਉਸ ਤੋਂ, ਇਸ ਕਰਕੇ ਇਹਦੇ ਵਿੱਚ ਕਾਫੀ ਫਰਕ ਪੈਂਦਾ ਹੈਗਾ ਜੀ, ਇਹਦੇ 'ਚ ਕੋਈ ਸ਼ੱਕ। ਦੂਸਰਾ ਵੀ ਤੁਹਾਡੇ ਕੋਲ SGPC ਪ੍ਰਧਾਨ ਨੇ ਸ਼ਿਕਾਇਤ ਕੀਤੀ, ਮੈਮੋਰੈਂਡਮ ਦਿੱਤਾ ਕਿ ਜਾਲੀ ਵੋਟਾਂ ਬਣ ਰਹੀਆਂ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਜਾਲੀ ਵੋਟਾਂ ਬਣਾ ਰਹੇ ਨੇ, ਕੋਈ ਤੱਥ ਮਿਲੇ, ਕੋਈ ਪਰੂਫ ਮਿਲੇ ਕਿੱਥੇ ਜਾਲੀ ਵੋਟ ਬਣ ਰਹੀ ਹੈ, ਔਰ ਜੇਕਰ ਕੋਈ ਹੈ ਸਬੂਤ ਤਾਂ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਲਿੱਤਾ? ਕਿੰਨੀਆਂ ਵੋਟਾਂ ਕੈਂਸਲ ਕੀਤੀਆਂ ਜਾਂ ਕੀ ਕੁਛ? ਅਸੀਂ ਨਾ ਜੀ, SGPC ਪ੍ਰਧਾਨ ਨੇ ਜ਼ਰੂਰ ਮੈਮੋਰੈਂਡਮ ਦਿੱਤਾ, ਅਸੀਂ ਉਸਨੂੰ ਗੌਰ ਰਹੇ ਹਾਂ ਜੀ ਪੂਰੀ ਤਰ੍ਹਾਂ ਉਹ, ਬਟ ਮੈਂ ਤੁਹਾਨੂੰ ਵੈਸੇ ਇੱਕ ਦੱਸ ਦੇਵਾਂ ਵੀ ਸਾਡੇ ਕੋਲ ਕੋਈ ਸਪੈਸੀਫਿਕ ਆਵੇ ਨਾ ਵੀ ਆ ਫਲਾਣੀ ਵੋਟ ਜਿਹੜੀ ਹੈ ਜਾਲੀ ਹੈ, ਉਸਨੂੰ ਅਸੀਂ ਜ਼ਰੂਰ ਆਪਣੇ ਡਿਪਟੀ ਕਮਿਸ਼ਨਰ ਆਫਿਸ ਦੇ ਥਰੂ ਨੂੰ ਐਗਜ਼ਾਮਿਨ ਕਰਾਂਗੇ। ਅਸੀਂ ਇੱਕ ਪ੍ਰੋਗਰਾਮ ਦਿੱਤਾ ਵਾ ਹੈਗਾ ਇਹ ਜਿਹੜਾ ਹੈ ਸਾਡੇ ਕੋਲ, ਇਹਦੇ ਵਿੱਚ ਰਜਿਸਟ੍ਰੇਸ਼ਨ ਆਫ ਵੋਟਰ ਹੈਗੀ 21 ਅਕਤੂਬਰ ਤੋਂ ਲੈ ਕੇ 16 ਸਤੰਬਰ ਤੱਕ, ਹਾਂਜੀ ਨਾ ਹੁਣ 21 ਅਕਤੂਬਰ ਤੋਂ ਮਤਲਬ ਚੱਲ ਰਿਹਾ ਪਿਛਲੇ ਸਾਲ ਤੋਂ, 16 ਸਤੰਬਰ ਤੱਕ ਇਹ ਚੱਲੇਗਾ। ਫਿਰ ਮੈਨੂਸਕ੍ਰਿਪਟ ਰੋਲਸ ਦੀਆਂ ਬਣਨੀਆਂ ਨੇ 17 ਸਤੰਬਰ ਤੋਂ 8 ਅਕਤੂਬਰ ਤੱਕ।
ਫਿਰ ਪਬਲੀਕੇਸ਼ਨ ਆਫ ਪ੍ਰਿਮਨਰੀ ਰੂਲ ਬਾਏ ਦਾ ਡਿਪਟੀ ਕਮਿਸ਼ਨਰ ਉਹ 9 ਅਕਤੂਬਰ 2024 ਨੂੰ ਹੈਗੀ। ਫਿਰ ਨੋਟਿਸ ਬਾਏ ਡਿਪਟੀ ਕਮਿਸ਼ਨਰ ਜਿਹਦੇ 'ਚ ਨਾਮ ਡੈਵੀਗਨੇਸ਼ਨ ਐਂਡ ਓਫਿਸ਼ੀਅਲ ਡੈਵੀਗਨੇਸ਼ਨ ਐਡਰੈਸ ਰਿਵਾਈਵਿੰਗ ਅਥਾਰਿਟੀ ਟੂ ਹੋਮ ਕਲੇਮ ਐਂਡ ਓਬਜੈਕਸ਼ਨ ਰਿਲੇਟਿੰਗ ਟੂ ਦਾ ਵੋਟਰ ਰੋਲ ਮੇ ਬੀ ਮੇਡ, ਉਹ ਅਸੀਂ ਦਿੱਤੀ ਹੈਗੀ 9 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਔਰ ਲਾਸਟ ਡੇਟ 29 ਅਕਤੂਬਰ ਹੈ। ਫਿਰ ਲਾਸਟ ਡੇਟ ਫੋਰ ਡਿਸਪੋਜ਼ਲ ਆਫ ਕਲੇਮਸ 8 ਨਵੰਬਰ ਦੀ ਹੈਗੀ ਜੀ। ਫਿਰ ਪ੍ਰੈਪਰੇਸ਼ਨ ਆਫ ਮੈਨੂਸਕ੍ਰਿਪਟ 25 ਨਵੰਬਰ ਦੀ ਹੈ ਜੀ ਐਂਡ ਫਾਈਨਲ ਪਬਲੀਕੇਸ਼ਨ 26 ਨਵੰਬਰ 2024 ਦੀ ਹੈ ਜੀ। ਸੋ ਅਸੀਂ ਪੂਰਾ ਪ੍ਰੋਗਰਾਮ ਦਿੱਤਾ ਹੋਇਆ ਜੀ। ਇਸ ਦੌਰਾਨ ਜਿਹਨੇ ਕਿਸੇ ਨੇ ਕੋਈ ਵੀ ਵੋਟਰ ਗਲਤ ਦੀ ਉਸ ਦੀ ਸਪੈਸੀਫਿਕ ਹੋਵੇ ਉਹ ਸਾਨੂੰ ਦੇਣ ਜੀ। ਸਾਡੇ ਡਿਪਟੀ ਪ੍ਰਧਾਨ ਨੇ ਕੋਈ ਲਿਸਟ ਦਿੱਤੀ ਸੀ ਕਿ ਆਹ ਨਕਲੀ ਵੋਟਾਂ ਜਾਂ ਫਰਜ਼ੀ ਵੋਟਾਂ ਬਣੀਆਂ? ਉਹਨਾਂ ਨੇ ਜਨਰਲ ਇਹ ਕਿਹਾ ਹੈਗਾ ਵੀ ਜੀ ਬਣ ਰਹੀਆਂ ਨੇ ਵੋਟਾਂ, ਕੋਈ ਉਹ ਨਹੀਂ ਦਿੱਤਾ ਕਿ ਆਹ ਇੰਨੀਆਂ ਆਹ ਸ਼ਖਸ ਨੇ ਬਣਾਈ ਜਾਂ ਬਣਾਈ ਨਾ, ਇਸ ਤਰ੍ਹਾਂ ਕੋਈ ਸਾਨੂੰ ਸਪੈਸੀਫਿਕ ਦੇ ਦੇਣ। ਮੈਂ ਵੀ ਕਿਹਾ ਸੀ ਉਹਨਾਂ ਨੂੰ, ਰਿਕੁਐਸਟ ਕੀਤੀ ਸੀ ਵੀ ਜਦੋਂ ਇਹ ਓਬਜੈਕਸ਼ਨਸ ਦਾ ਟਾਈਮ ਆਏਗਾ ਤੁਸੀਂ ਪਲੀਜ਼ ਉਹਨਾਂ ਦੀ ਜਿੰਨਾ ਜਿੰਨਾ ਦੀ ਤੁਹਾਡੇ ਕੋਲ ਹੈ ਉਹਦੀ ਤੁਸੀਂ ਵੋਟਰ ਵੱਲੋਂ ਓਬਜੈਕਸ਼ਨ ਫਾਈਲ ਕਰੋ ਵੀ ਜਿਹੜੇ ਵੀ ਬੂਥ ਦੇ ਨੇ ਜਿਹੜੇ ਵੀ ਹਲਕੇ ਦੇ ਨੇ ਉਸ ਮੁਜਬ ਅਸੀਂ। ਉਹਨਾਂ ਲੁਧਿਆਣੇ ਦਾ ਜ਼ਿਕਰ ਕੀਤਾ ਸੀ ਕਿ ਲੁਧਿਆਣੇ ਦੇ ਡੀ ਸੀ 'ਤੇ ਇਲਜ਼ਾਮ ਲਗਾਏ ਸੀ ਜਾਂ ਕੁਛ? ਨਾ, ਕੋਈ ਐਸੀ ਖਾਸ ਇਲਜ਼ਾਮ ਨਹੀਂ ਸੀਗੇ, ਬਟ ਜਨਰਲ ਕਹਿੰਦੇ ਸੀਗੇ ਵੀ ਜੀ ਵੋਟਾਂ ਜਾਲੀ ਬਣ ਰਹੀਆਂ ਹੈਗੀਆਂ ਵੀ ਜੀ ਜਿੱਥੇ ਵੀ ਜੋ ਵੀ ਠੀਕ ਲੱਗਦਾ ਹੈਗਾ। ਪਰ ਐਸੀ ਗੱਲ ਹੋਣੀ ਨਹੀਂ ਚਾਹੀਦੀ ਕਿਉਂਕਿ ਫੋਰਮ 'ਤੇ ਦਸਤਖਤ ਹੁੰਦੇ ਨੇ ਜੀ, ਉਹਦੇ 'ਤੇ ਸਵੈ ਘੋਸ਼ਣਾ ਹੁੰਦੀ ਹੈਗੀ ਜੀ। ਉਸ 'ਤੇ ਕੋਈ ਵੋਟ ਰੱਦ ਕੀਤੀ ਹੈ, ਕੋਈ ਰੱਦ ਹੋਈ ਹੈ? ਤਾਂ ਵੋਟ ਬਣ ਰਹੀਆਂ ਨੇ ਜੀ, ਰੱਦ ਤਾਂ ਅਸੀਂ ਐਗਜ਼ਾਮੀਨੇਸ਼ਨ ਓਬਜੈਕਸ਼ਨ ਕਰਨ ਤੋਂ ਬਾਅਦ ਹੀ ਕਰਾਂਗੇ ਨਾ ਜੀ। ਅਸੀਂ ਹਾਲੇ ਇੱਕ ਹਾਲੇ ਤਾਂ ਬਣ ਰਹੀਆਂ ਨੇ, ਹਾਲੇ ਤਾਂ ਇੱਕ ਵੀ ਨਹੀਂ ਵੋਟ ਰੱਦ ਕੀਤੀ ਜੀ। ਦੂਸਰੇ, ਤੁਹਾਨੂੰ ਸਟਾਫ ਅਤੇ ਦਫ਼ਤਰ ਮਿਲਣ 'ਚ ਬਹੁਤ ਦੇਰੀ ਹੋਈ, ਤਕਰੀਬਨ ਇੱਕ ਸਰਕਾਰ ਨੇ ਤੁਹਾਨੂੰ ਦਫ਼ਤਰ ਅਤੇ ਸਟਾਫ ਦਿੱਤਾ ਹੀ ਨਹੀਂ, ਹੁਣ ਤੁਹਾਡੇ ਕੋਲ ਦਫ਼ਤਰ ਹੈ ਸਟਾਫ ਹੈ, ਲੇਕਿਨ ਕੀ ਤੁਹਾਡੇ ਕੋਲ ਪੂਰਾ ਇੰਨਾ ਸਟਾਫ ਹੈ ਕਿ ਪੂਰੇ ਪੰਜਾਬ 'ਚ ਤੁਹਾਡਾ ਸਟਾਫ ਜਾ ਕੇ ਸਾਰੀ ਚੈਕਿੰਗ ਕਰ ਸਕੇ, ਜਾਂ ਤੁਹਾਨੂੰ ਲੋਕਲ ਐਡਮਿਨਿਸਟ੍ਰੇਸ਼ਨ ਦੇ ਉੱਤੇ ਡਿਪੈਂਡ ਹੋਣਾ ਪੈਂਦਾ, ਡੀ ਸੀ ਦੇ ਉੱਤੇ ਡਿਪੈਂਡ ਹੋਣਾ ਪੈਂਦਾ, ਜਾਂ ਤੁਹਾਡੀ ਰਿਕੁਆਇਰਮੈਂਟ ਹੈ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਤੋਂ ਕਿ ਸਟਾਫ ਦੇ ਵਿੱਚ ਇਜ਼ਾਫਾ ਕੀਤਾ ਜਾਵੇ? ਨਹੀਂ, ਦੇਖੋ ਜਿਹੜਾ ਸਟਾਫ ਹੈਗਾ ਨਾ ਜੀ, ਉਹ ਡਿਪਟੀ ਕਮਿਸ਼ਨਰ ਆਫਿਸ ਦਾ ਹੀ ਸਟਾਫ ਹੈਗਾ, ਹਾਂਜੀ। ਡਿਪੈਂਡ ਕੀ ਉਹਨਾਂ ਨੇ ਹੀ ਇਲੈਕਸ਼ਨ ਕਰਾਉਣੀ ਹੈਗੀ ਜੀ, ਐਂਡ ਸਾਰੇ ਗਵਰਨਮੈਂਟ ਅਫੀਸ਼ਲ ਨੇ ਜੀ, ਸਾਰੇ ਜ਼ਿੰਮੇਵਾਰ ਅਫਸਰ ਹੈਗੇ ਔਰ ਉਹ ਸਹੀ ਕਰਾਉਣਗੇ। ਅਸੀਂ ਕਿੱਦਾਂ ਸ਼ੱਕ ਕਰ ਸਕਦੇ ਵੀ ਉਹ ਨਹੀਂ ਸਹੀ ਕਰਾਉਣਗੇ? ਦੇ ਉਹਨਾਂ ਨੂੰ ਕੋਈ ਸਾਡੇ ਕੋਲ ਐਸਾ ਉਹ ਨਹੀਂ ਹੈਗਾ ਵੀ ਉਹ ਨਹੀਂ ਸਹੀ ਕਰਾਉਣਗੇ। ਸਟਾਫ ਸਾਡੇ ਕੋਲ ਕੰਪੇਅਰ ਟੂ ਜਿਹੜੀ ਪੰਜਾਬ ਇਲੈਕਸ਼ਨ ਕਮਿਸ਼ਨ ਹੈ ਬਹੁਤ ਘੱਟ ਹੈਗਾ, ਪਰ ਦਫ਼ਤਰ ਉਹਨਾਂ ਨੇ ਸਾਨੂੰ ਪੂਰਾ ਸਹੂਲਤ ਦਿੱਤੀ ਹੈ ਜੀ, ਸਾਰਾ ਫੈਸਿਲਿਟੀ ਉਹਨਾਂ ਨੇ 17 ਸੈਕਟਰ 'ਚ 33 ਸ਼ੋਰੂਮ ਨੰਬਰ ਹੈਗਾ ਉੱਥੇ ਉਹਦੀ ਪਹਿਲੀ ਔਰ ਦੂਸਰੀ ਮੰਜ਼ਿਲ 'ਤੇ ਸਾਨੂੰ ਪੂਰੀ ਫੈਸਿਲਿਟੀ ਦਿੱਤੀਆਂ ਨੇ ਜੀ। ਅਤੇ ਫੀ ਪਰ ਸਟਾਫ ਬਹੁਤ ਘੱਟ ਹੈਗਾ ਜੀ, ਬਹੁਤ ਜ਼ਿਆਦਾ ਘੱਟ ਹੈ, ਜਿਹਦੇ ਨਾਲ ਸਾਰਾ ਪੰਜਾਬ ਅਸੀਂ ਆਪਣੇ ਲੈਵਲ 'ਤੇ ਨਹੀਂ ਕਵਰ ਕਰ ਸਕਦੇ। ਪਰ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਵੀ ਡਿਪਟੀ ਕਮਿਸ਼ਨਰ ਆਫਿਸ ਨਹੀਂ ਕਰੇਗਾ। ਫਿਰ ਇੱਕ ਬੜੀ ਚੰਗੀ ਗੱਲ ਹੈਗੀ ਕਿ ਜਿਹੜੀ ਸਰਕਾਰ ਨੇ ਸਰਦਾਰ ਗੁਰਕੀਰਤ ਕਿਰਪਾਲ ਸਿੰਘ ਜਿਹੜੇ ਹੋਮ ਸੈਕਟਰੀ ਲੈਵਲ ਦੇ ਅਫਸਰ ਨੇ ਉਹਨਾਂ ਨੂੰ ਗੁਰਦੁਆਰਾ ਕਮਿਸ਼ਨਰ ਨਿਯੁਕਤ ਕੀਤਾ, ਕੋਈ ਜੂਨੀਅਰ ਅਫਸਰ ਨਹੀਂ ਕੀਤਾ। ਹੋਮ ਸੈਕਟਰੀ ਲੈਵਲ ਦਾ ਜਦ ਗੁਰਦੁਆਰਾ ਕਮਿਸ਼ਨਰ ਹੈ ਉਹ ਜਦ ਹਦਾਇਤਾਂ ਦਿੰਦਾ ਡਿਪਟੀ ਕਮਿਸ਼ਨਰ ਨੂੰ ਔਰ ਹੋਰ, ਉਹ ਸਾਰੇ ਸਹੀ ਕੰਮ ਕਰਦੇ ਨੇ। ਜਿਹੜਾ ਇਸ ਵਾਰ ਵੋਟਾਂ ਦੀ ਗਿਣਤੀ ਘੱਟ ਹੈ,
ਅਮੂਮਨ ਜਿਹੜੀ ਵਿਧਾਨ ਸਭਾ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਉਸ ਦੇ ਵਿੱਚ ਕਿਸੇ ਨੂੰ ਰੋਲ ਮਾਡਲ ਬਣਾਇਆ ਜਾਂਦਾ, ਪ੍ਰਚਾਰ ਕੀਤਾ ਜਾਂਦਾ ਵੋਟਾਂ ਦੇ ਲਈ, ਤੁਸੀਂ ਕੋਈ ਸਪੈਸੀਫਿਕ ਕਰ ਰਹੇ ਹੋ ਅਜਿਹਾ ਪਲਾਨ ਕਿ ਕੋਈ ਪੂਰਾ ਪੂਰਨ ਸਰੂਪ 'ਚ ਹੋਵੇ ਉਸ ਨੂੰ ਬ੍ਰੈਂਡ ਅੰਬੈਸਡਰ ਬਣਾ ਕੇ ਕਿ ਵੋਟਾਂ ਜ਼ਿਆਦਾ ਤੋਂ ਜ਼ਿਆਦਾ, ਜਾਂ ਕੁਛ ਇਸ ਤਰੀਕੇ ਦੀ ਪਲੈਨਿੰਗ ਹੈ? ਕਿਉਂਕਿ ਤੁਸੀਂ ਕਿਹਾ ਵਿਦੇਸ਼ਾਂ ਨੂੰ ਜਾ ਰਹੇ ਨੇ, ਇਹ ਇੱਕ ਵਜ੍ਹਾ ਹੋ ਸਕਦੀ ਹੈ, ਜਾਂ ਤਸਵੀਰ ਲਗਾਉਣ ਦੀ ਵਜ੍ਹਾ ਇੱਕ ਹੋ ਸਕਦੀ ਵੋਟਾਂ ਦੀ ਗਿਣਤੀ ਘੱਟ ਹੋਣਾ? ਇਹਦਾ ਅਸੀਂ ਸੋਚ ਸਕਦੇ ਹਾਂ ਜੀ, ਤੁਹਾਨੂੰ ਚੰਗਾ ਆਈਡੀਆ ਦਿੱਤਾ ਹੈਗਾ ਬ੍ਰੈਂਡ ਅੰਬੈਸਡਰ ਦਾ, ਪਰ ਇਹਦੇ ਹਾਲੇ ਸਾਡੇ ਕੋਲ ਕੋਈ ਹੈ ਨਹੀਂ। ਬਾਕੀ ਇਹ ਥੋੜ੍ਹਾ ਜਿਹਾ ਧਾਰਮਿਕ ਉਹ ਹੈਗਾ ਨਾ ਜੀ, ਸੋ ਅਸੀਂ ਉਹ ਬ੍ਰੈਂਡ ਅੰਬੈਸਡਰ ਇੰਨਾ ਨਹੀਂ ਕਰਕੇ, ਬਿਕੋਜ਼ ਇਹਨੂੰ ਪੂਰਾ ਰਿਲੀਜੀਅਸ ਉਸ ਨਾਲ ਅਸੀਂ ਕਰਨਾ ਚਾਹੁੰਦੇ ਹੈਗੇ ਵੀ ਜਿਹਦਾ ਜਿਹਦੇ 'ਚ ਇੱਦਾਂ ਨਾ ਲੱਗੇ ਵੀ ਅਸੀਂ ਕੋਈ ਬ੍ਰੈਂਡ ਅੰਬੈਸਡਰ ਪ੍ਰਮੋਟ ਕਰ ਰਹੇ ਹੈਗੇ ਆ ਇਸ ਤਰ੍ਹਾਂ ਦਾ। ਤੁਸੀਂ ਕਿਹਾ ਕਿ ਫਾਈਨਲ ਪਬਲੀਕੇਸ਼ਨ ਜਿਹੜੀ ਹੈ ਉਹ 26 ਨਵੰਬਰ ਹੈ, ਇਸ ਦਾ ਮਤਲਬ ਇਹ ਸਮਝੀਏ ਕਿ ਦਸੰਬਰ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਜੇ ਇਸੇ ਹਿਸਾਬ ਨਾਲ ਚੱਲੀਏ ਤਾਂ SGPC ਦੀ ਚੋਣ ਹੋ ਸਕਦੀ ਹੈ? ਅਸੀਂ ਦੇਖੋ ਜੀ, ਇਹ SGPC ਦੀ ਜਿਹੜੀ ਚੋਣ ਦੀ ਡੇਟ ਫਿਕਸ ਹੋਣੀ ਹੈ ਨਾ ਜੀ, ਇਹ ਸੈਂਟਰ ਗਵਰਨਮੈਂਟ ਕਰਦੀ ਹੈ, ਕਿਉਂਕਿ SGPC ਦੀ ਚੋਣ ਸਿਰਫ ਪੰਜਾਬ ਗਵਰਨਮੈਂਟ ਸਟੇਟ 'ਚ ਨਹੀਂ ਹੋਣੀ, ਇਹ UT ਐਡਮਿਨਿਸਟ੍ਰੇਸ਼ਨ ਚੰਡੀਗੜ੍ਹ 'ਚ ਵੀ ਹੋਣੀ ਹੈ ਔਰ ਹਿਮਾਚਲ 'ਚ ਵੀ ਹੋਣੀ ਹੈ। ਇਸ ਕਰਕੇ ਇਹਦੇ ਜਿਹੜਾ ਅੰਡਰ ਦਾ ਪੰਜਾਬ ਰੀਓਰਗਨਾਈਜੇਸ਼ਨ ਐਕਟ, ਇਹ ਅਖਤਿਆਰ ਸੈਂਟਰ ਗਵਰਨਮੈਂਟ ਨੂੰ ਹੈ ਟੂ ਫਿਕਸ ਦਾ ਡੇਟ, ਕਿਉਂਕਿ ਉਹ ਆਪਣੇ ਇਨਪੁੱਟਸ ਲੈਂਦੇ ਨੇ, ਆਪਣੇ ਸਾਰਿਆਂ ਤੋਂ ਰਾਏ ਲੈਂਦੇ। ਸਿੱਖ ਸੰਗਤ ਇੰਤਜ਼ਾਰ ਕਰ ਰਹੀ ਹੈ, 2011 'ਚ ਆਖਰੀ ਵਾਰ ਚੋਣ ਹੋਈ ਸੀ, ਤਾਂ ਸਿੱਖ ਸੰਗਤ ਨੂੰ ਜੇ ਇੱਕ ਇਸ਼ਾਰਾ ਜਾਂ ਕਦੋਂ ਤੱਕ ਇਲੈਕਸ਼ਨ ਦੀ ਸੰਭਾਵਨਾ ਹੈ? ਦਸੰਬਰ 'ਚ ਸੰਭਾਵਨਾ ਹੈ, ਜਨਵਰੀ ਫਰਵਰੀ ਸੰਭਾਵਨਾ ਹੈ? ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜੀ, ਪਰ ਇਹ ਡੇਟ ਜਿਹੜੀ ਹੈਗੀ ਆਫ ਦੀ ਇਲੈਕਸ਼ਨ, ਇਟ ਹੈਵ ਟੂ ਬੀ ਫਿਕਸਡ ਬਾਏ ਦੀ ਸੈਂਟਰ ਗਵਰਨਮੈਂਟ, ਔਰ ਅਸੀਂ ਜਦ ਕਹਾਂਗੇ ਵੀ ਜੀ ਸਾਡਾ ਇੰਤਜ਼ਾਮ ਤਿਆਰ ਹੈਗਾ ਤਾਂ ਤੁਸੀਂ ਡੇਟ, ਸਾਡਾ ਹੈਗਾ 26 ਨਵੰਬਰ ਤੱਕ, ਉਸ ਤੋਂ ਬਾਅਦ ਤੁਸੀਂ ਕਹੋਗੇ ਕਿ ਦਸੰਬਰ ਜਨਵਰੀ 'ਚ ਲਈ ਅਸੀਂ ਤਿਆਰ ਹਾਂ। ਹਾਂ, ਅਸੀਂ ਜਿੱਦਣ ਵੀ ਸੈਂਟਰ ਗਵਰਨਮੈਂਟ ਕਹੇਗੀ ਅਸੀਂ ਉਹ ਤਾਂ ਉਹਨਾਂ ਦੇ ਮੁਜਬ ਹੀ ਚੱਲਣਾ ਪੈਣਾ, ਬਿਕੋਜ਼ ਉਹਨਾਂ ਨੇ ਰਾਏ ਹਿਮਾਚਲ ਗਵਰਨਮੈਂਟ ਤੋਂ ਵੀ ਲੈਣੀ ਔਰ UT ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਤੋਂ ਵੀ ਲੈਣੀ ਔਰ ਪੰਜਾਬ ਸਰਕਾਰ ਤੋਂ ਵੀ ਲੈਣੀ ਹੈ ਵੀ, ਕਿਉਂਕਿ ਇਲੈਕਸ਼ਨ ਉਹਨਾਂ ਨੇ ਕਰਾਉਣੀਆਂ ਨੇ, ਉਹ ਫਿਰ ਪੁੱਛਣਗੇ ਵੀ ਜੀ ਕੀ ਤੁਹਾਨੂੰ ਠੀਕ ਹੈ, ਕਿਹੜੀਆਂ ਡੇਟ ਸੂਟ ਹੈ, ਉਹ ਫਿਰ ਸੈਂਟਰ ਗਵਰਨਮੈਂਟ ਹੀ ਕਰੇਗੀ। ਦੂਸਰਾ ਵੀ ਕਿ ਇਸ ਵਾਰ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਧੜਾ ਜਾਂ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਧੜਾ, ਉਹ ਵੀ ਗੁਰਦੁਆਰਾ ਇਲੈਕਸ਼ਨ ਕਮੇਟੀ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ? ਤੁਹਾਡੇ ਨਾਲ ਪਿਛਲੇ ਦਿਨਾਂ 'ਚ ਮੁਲਾਕਾਤ ਵੀ ਸਰਬਜੀਤ ਖਾਲਸਾ ਹੋਰਾਂ ਨੇ ਕੀਤੀ, ਔਰ ਇਹ ਕਿਹਾ ਕਿ ਐਕਸਟੈਂਡ ਕੀਤਾ ਜਾਵੇ ਵੋਟਾਂ ਦੀ, ਕੋਈ ਕੰਡੀਸ਼ਨ ਜਾਂ ਕੋਈ ਟੈਕਨੀਕਲੀ ਤੌਰ 'ਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੌਣ ਕਿਵੇਂ ਇਲੈਕਸ਼ਨ ਲੜ ਸਕਦਾ, ਕੀ ਕ੍ਰਾਈਟੀਰੀਆ ਕੀ ਹੁੰਦਾ? ਔਰ ਦੂਸਰਾ ਵੀ ਇਹ ਕਿ ਜਿਵੇਂ ਪਾਰਟੀ ਬਣਾ ਕੇ ਇਲੈਕਸ਼ਨ ਲੜਿਆ ਜਾਂਦਾ ਹੈ ਜਾਂ ਆਜ਼ਾਦ ਵੀ ਲੜਿਆ ਜਾਂਦਾ ਹੈ, ਜਾਂ ਕੀ ਕ੍ਰਾਈਟੀਰੀਆ ਕੀ, ਔਰ ਕੀ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਪਾਰਟੀ ਹੋਏਗੀ ਜਾਂ ਅੰਮ੍ਰਿਤਪਾਲ ਸਿੰਘ ਹੋਰੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਕੀ ਉਹ ਇਲੈਕਸ਼ਨ ਲੜਵਾ ਸਕਦੇ ਆਪਣੇ ਸਾਥੀਆਂ ਨੂੰ? ਹਾਂ, ਜਿਹੜਾ ਵੀ ਐਲੀਜੀਬਲ ਸਿੱਖ ਵੋਟਰ ਹੈ ਜੀ ਇਲੈਕਸ਼ਨ ਲੜਾ ਸਕਦਾ ਹੈਗਾ, ਇਹਦੇ 'ਚ ਕੋਈ ਦਿੱਕਤ ਨਹੀਂ ਹੈਗਾ, ਹੈ ਨਹੀਂ ਕੋਈ ਇਹਦੇ 'ਚ ਜਿਹਦੇ ਫੋਰਮ ਦੇ ਵਿੱਚ ਸਾਰੀਆਂ ਹਦਾਇਤਾਂ ਦਿੱਤੀਆਂ ਵੀ ਨੇ, ਜਿਹੜੇ ਵੀ ਉਹ ਸ਼ਰਤਾਂ ਪੂਰੀਆਂ ਕਰਦਾ ਹੈ ਉਹ ਇਲੈਕਸ਼ਨ ਲੜ ਸਕਦਾ ਜੀ, ਇਹਦੇ 'ਚ ਸਾਡਾ ਕੋਈ ਉਹ ਰੁਕਾਵਟ ਨਹੀਂ ਹੈ ਜੀ, ਬਿਲਕੁਲ ਵੀ ਨਹੀਂ ਕਰ ਸਕਦੇ, ਜੋ ਨਿਯਮ ਨੇ ਹਾਂਜੀ ਜੋ ਵੀ ਹੈਗਾ ਉਹਦੇ 'ਚ ਅਸੀਂ ਜਿਹੜੀ ਪਹਿਲੀ ਚਿੱਠੀ ਕੱਢੀ ਸੀਗੀ ਉਹਦੇ 'ਚ ਸਾਰੀਆਂ ਹਦਾਇਤਾਂ ਅਸੀਂ ਦਿੱਤੀਆਂ ਹੋਈਆਂ ਨੇ ਜੀ,
ਵੀ ਕਿਹੜੇ ਕਿਹੜੇ ਇਲੈਕਸ਼ਨ ਲੜ ਸਕਦੇ ਨੇ, ਉਹਦੇ 'ਚ ਸਾਰੀ ਡਿਟੇਲ ਪੈਂਦੀ ਹੈ ਜੀ, ਜਿਹਦੇ 'ਚ ਕਾਫੀ ਦਿੱਤਾ ਹੋਇਆ ਹੈਗਾ। ਔਰ ਸਾਡੇ ਵੱਲੋਂ ਕੋਈ ਰੁਕਾਵਟ ਨਹੀਂ, ਐਲੀਜੀਬਲ ਵੋਟਰ ਹੂ ਕੁਆਲੀਫਾਈ ਟੂ ਬੀ ਇਲੈਕਟਿਡ ਦੇ ਆਰ ਐਲੀਜੀਬਲ ਟੂ। ਇੱਕ ਸਹਿਜਧਾਰੀ ਲਗਾਤਾਰ ਮੰਗ ਕਰਦੇ ਰਹੇ ਆ, ਸੁਪਰੀਮ ਕੋਰਟ ਵੀ ਮਸਲਾ ਗਿਆ, ਪਾਰਲੀਮੈਂਟ ਵੀ ਮਸਲਾ ਗਿਆ, ਪਾਰਲੀਮੈਂਟ ਦੇ ਵਿੱਚ ਕਾਨੂੰਨ ਵੀ ਬਣਿਆ, ਸੁਪਰੀਮ ਕੋਰਟ ਵੀ ਮਸਲਾ ਗਿਆ, ਸਹਿਜਧਾਰੀਆਂ ਨੂੰ ਲੈ ਕੇ ਕੁਛ ਪਲੈਨ ਹੈ ਕਮਿਸ਼ਨਰ ਦੇ ਵੱਲੋਂ ਜਾਂ ਜੋ ਚੱਲ ਰਿਹਾ ਉਸ ਹਿਸਾਬ ਦੇ ਨਾਲ ਹੀ ਹੈ, ਕਿਉਂਕਿ ਉਹ ਕਹਿੰਦੇ ਕਿ ਅਸੀਂ ਵੀ ਵੋਟ ਜਿਹੜਾ ਉਹ ਪਾਉਣਾ ਚਾਹੁੰਦੇ ਹਾਂ। ਦੇਖੋ, ਕਮਿਸ਼ਨ ਦਾ ਕੋਈ ਅਖਤਿਆਰ ਨਹੀਂ ਹੈਗਾ ਵੀ ਕਿਸੇ ਨੂੰ ਰੋਕ ਕੇ ਨਾ, ਅਸੀਂ ਤਾਂ ਐਕਟ ਦੇ ਮੁਜਬ ਚੱਲਣਾ ਹੈਗਾ। ਪਹਿਲਾਂ ਸਹਿਜਧਾਰੀ ਸਿੱਖ ਐਲੀਜੀਬਲ ਸੀਗੇ ਵੋਟ ਕਰਨ ਦੇ ਜੀ, ਉਹਨਾਂ ਦੀ ਅਮੈਂਡਮੈਂਟ ਨਾਲ ਰੱਦ ਕਰਤੀ ਸੀਗੀ ਜੀ ਵੀ ਉਹ ਨਹੀਂ ਐਲੀਜੀਬਲ। ਉਹ ਅਮੈਂਡਮੈਂਟ ਹੋਈ ਸੀ ਨੋਟੀਫਿਕੇਸ਼ਨ ਨਾਲ, ਨਾ ਕਿ ਐਕਟ ਆਫ ਪਾਰਲੀਮੈਂਟ ਨਾਲ। ਉਹ ਫੁੱਲ ਬੈਂਚ ਆਫ ਹਾਈ ਕੋਰਟ ਨੇ ਉਹ ਰੱਦ ਕਰਤੀ ਸੀ ਅਮੈਂਡਮੈਂਟ, ਇਹ ਕਹਿ ਕੇ ਵੀ ਤੁਸੀਂ ਪਾਰਲੀਮੈਂਟ ਐਕਟ ਨਾਲ ਤੁਸੀਂ ਇਸ ਦੀ ਤਰਮੀਮ ਕਰ ਸਕਦੇ ਹੋ, ਨਾ ਕਿ ਨੋਟੀਫਿਕੇਸ਼ਨ ਨਾਲ। ਅਤੇ ਉਹ ਫਿਰ ਐਫ ਜੀ ਪੀ ਸੀ ਨੇ ਉਹ ਔਰਡਰ ਜਿਹੜਾ ਫੁੱਲ ਬੈਂਚ ਦਾ ਸੀ ਉਹ ਸੁਪਰੀਮ ਕੋਰਟ 'ਚ ਚੈਲੇਂਜ ਕੀਤਾ ਸੀ ਜੀ, ਜਿੱਥੇ ਉਹਨਾਂ ਨੇ ਕਿਹਾ ਉਹਦੀ ਪੈਂਡੈਂਸੀ ਦੇ ਦੌਰਾਨ ਪਾਰਲੀਮੈਂਟ ਨੇ ਐਕਟ ਕਰਤਾ ਸੀ ਵੀ ਇਹ ਸਹਿਜਧਾਰੀ ਸਿੱਖ ਆਰ ਨੋਟ ਐਲੀਜੀਬਲ ਟੂ ਵੋਟ। ਉਹ ਫਿਰ ਸੁਪਰੀਮ ਕੋਰਟ ਦੀ ਪਟੀਸ਼ਨ ਇਨਫੈਕਚਸ ਹੋ ਗਈ ਸੀ, ਉਹਨਾਂ ਨੂੰ ਲਿਬਰਟੀ ਦੇਤੀ ਸੀ ਵੀ ਤੁਸੀਂ ਆਪਣਾ ਇਹਨੂੰ ਚੈਲੇਂਜ ਕਰਨਾ ਚਾਹੋ ਤਾਂ ਕਰ ਦਿਉ। ਉਹਨਾਂ ਨੇ ਰਿਟ ਕੀਤੀ ਹੋਈ ਹੈਗੀ, ਅਤੇ ਉਹ ਜੋ ਵੀ ਉਹ ਤਾਂ ਅਸੀਂ ਅੱਜ ਦੇ ਦਿਨ ਐਕਟ ਦੇ ਮੁਜਬ ਤਾਂ ਐਲੀਜੀਬਲ ਨਹੀਂ ਹੈ ਸਹਿਜਧਾਰੀ ਸਿੱਖ, ਸੋ ਅਸੀਂ ਤਾਂ ਐਕਟ ਮੁਜਬ ਚੱਲਣਾ ਹੈਗਾ ਜੀ। ਅਸੀਂ ਤਾਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਇਹ ਐਲੀਜੀਬਲ ਕਰੋ ਜਾਂ ਨਾ ਕਰੋ, ਦੈਟ ਇਜ਼ ਪਾਰਲੀਮੈਂਟਰੀ ਜੋਬ। ਦੂਸਰਾ ਸਰ, ਕਿਉਂਕਿ 5 ਸਾਲਾਂ ਬਾਅਦ ਇਹ ਚੋਣ ਹੁੰਦੀ ਹੈ, 2011 'ਚ ਆਖਰੀ ਵਾਰ ਹੋਈ ਸੀ, ਲਗਭਗ 14 ਸਾਲ ਹੋ ਗਏ, ਤਾਂ ਇੰਨਾ ਸਮਾਂ ਕਿਉਂ ਲੱਗ ਗਿਆ, ਇੰਨੀ ਕਿਉਂ ਡਿਲੇ ਹੁੰਦੀ ਗਈ, ਕਿਉਂਕਿ ਵੱਖੋ ਵੱਖ ਸਿਆਸੀ ਤਾਂ ਇਸ ਦੇ ਪਿੱਛੇ ਬਿਆਨਬਾਜ਼ੀ ਹੁੰਦੀ ਰਹਿੰਦੀ ਹੈ, ਟੈਕਨੀਕਲ ਤੌਰ 'ਤੇ ਸਮਝਣਾ ਚਾਹੁੰਦੇ ਹਾਂ। ਅਸੀਂ ਮੈਂ ਵੈਸੇ ਸਿਫਾਰਿਸ਼ ਕਰਾਂਗਾ ਜੀ ਵੀ ਇਹ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਨਾ ਜੀ, ਇਹ ਇੱਕ ਪਰਮਨੈਂਟ ਕੰਟੀਨਿਊਸ ਬੋਡੀ ਹੋਵੇ, ਟਾਈਮ ਫਿਕਸ ਹੋ ਜਾਵੇ ਔਰ ਇਲੈਕਸ਼ਨ ਕਮਿਸ਼ਨ ਦਾ 1 ਸਾਲ 2 ਸਾਲ 3 ਸਾਲ ਜਿੰਨਾ ਵੀ ਗਵਰਨਮੈਂਟ ਚਾਹੇ, ਪਰ ਇਹ ਕੰਟੀਨਿਊਸਲੀ ਚੱਲਦਾ ਰਹੇ ਕਿਸੇ, ਜਾਂ ਚਾਹੇ ਗਵਰਨਮੈਂਟ ਦੇ ਕਿਸੇ ਔਫਿਸਰ ਨੂੰ ਹੀ ਐਡੀਸ਼ਨਲ ਚਾਰਜ ਦਿੱਤਾ ਜਾਵੇ। ਇਹ ਦਫ਼ਤਰ ਬੰਦ ਨਹੀਂ ਹੋਣਾ ਚਾਹੀਦਾ, ਤਾਂ ਕਿ ਹਰ ਸਮੇਂ ਇਹ ਜਦ 5 ਸਾਲ ਹੋਣ ਵਾਲੇ ਹੋਣ ਤਾਂ ਉਹ ਫਿਰ ਆਪਣਾ ਪ੍ਰੋਸੈਸ ਆਪਣੇ ਆਪ ਦਫ਼ਤਰ ਸ਼ੁਰੂ ਕਰ ਦੇਵੇ, ਜਿਸ ਤਰ੍ਹਾਂ ਇਹ ਪਰਮਨੈਂਟ ਬੋਡੀ ਦੀ। ਮੈਂ ਦਫ਼ਤਰ ਬੰਦ ਸੀ, ਸਟਾਫ ਨਹੀਂ ਸੀ, ਇਸ ਕਰਕੇ ਦੇਰੀ ਸੀ ਜਾਂ ਕੋਈ ਹੋਰ? ਕਿਸੇ ਨੇ ਕੋਈ ਤਵੱਜੋ ਹੀ ਨਹੀਂ ਦਿੱਤੀ ਇਸ ਵੱਲ ਵੀ ਜੀ ਆਪਾਂ ਇਹਨੂੰ ਸ਼ੁਰੂ ਕਰਨਾ ਹੈਗਾ, ਕਿਉਂਕਿ ਕੋਈ ਸਟਾਫ ਨਹੀਂ ਸੀਗਾ, ਕੋਈ ਦਫ਼ਤਰ ਨਹੀਂ ਸੀਗਾ, ਤਾਂ ਨਾ ਹੀ ਕਿਸੇ ਦੀ ਕੋਈ ਮੰਗ ਸੀਗੀ ਵੀ ਜੀ ਇਹਨੂੰ ਕਰੋ। ਤਾਂ ਹੁਣ ਇਹ ਮੈਂ ਅਸੀਂ ਕਰਾਂ ਜ਼ਰੂਰ, ਇਹ ਮੈਂ ਸਿਫਾਰਿਸ਼ ਕਰਾਂਗਾ ਵੀ ਜੀ ਤੁਸੀਂ ਚਾਹੇ ਕਿਸੇ IAS ਅਫਸਰ ਜਾਂ PCS ਅਫਸਰ ਨੂੰ ਐਡੀਸ਼ਨਲ ਚਾਰਜ ਦੇ ਦਿਉ ਇਹਦਾ, ਤਾਂ ਕਿ ਜਾਂ ਕਿਸੇ ਰਿਟਾਇਰਡ ਹਾਈਕੋਰਟ ਜੱਜ ਨੂੰ ਚਾਰਜ ਕੰਟੀਨਿਊਸਲੀ ਦਿਉ, ਤਾਂ ਕਿ ਉਹ 1 ਸਾਲ 2 ਸਾਲ ਬਾਅਦ ਇਹ ਦੇਖਦਾ ਰਹੇ, ਨਾਲੇ ਇਲੈਕਟੋਰਲ ਰੂਲਸ ਉਹ ਅਪਡੇਟ ਹੁੰਦੀਆਂ ਰਹਿਣ। ਇਹ ਮੈਂ ਜ਼ਰੂਰ ਚਾਹਾਂਗਾ ਕਿ ਇਹ ਕੰਟੀਨਿਊਸ ਬੋਡੀ ਹੋਵੇ, ਨਾ ਕਿ ਜਦੋਂ ਇਲੈਕਸ਼ਨ ਹੋ ਜਾਣ ਇਹ ਦਫ਼ਤਰ ਬੰਦ ਕੀਤਾ ਜਾਵੇ। ਇਹਨਾਂ ਵੀ ਸਰ, ਜਿਹੜੀ ਵੋਟ ਬਣਾਉਣ ਦੀ ਏਜ ਹੈ ਉਹ ਸ਼ਾਇਦ 21 ਸਾਲ ਹੈ, ਅਮੂਮਨ ਜਿਹੜੀ ਵਿਧਾਨ ਸਭਾ ਲੋਕ ਸਭਾ ਦੀ ਵੋਟ ਬਣਾਉਂਦੀ ਉਹ 18 ਸਾਲ ਹੁੰਦੀ ਹੈ, 21 ਸਾਲ ਮੁੰਡੇ ਅਤੇ ਕੁੜੀਆਂ ਦੋਵਾਂ ਵਾਸਤੇ ਹੈ, ਔਰ ਕੀ ਇਹ 18 ਸਾਲ ਹੋ ਸਕਦੀ ਹੈ, ਔਰ ਵੋਟ ਦਾ ਕ੍ਰਾਈਟੀਰੀਆ ਕੀ ਹੈ? ਦੋ ਸਵਾਲ ਨੇ।
ਇਹਦੀ ਏਜ ਅੰਡਰ ਦਾ 1959 ਰੂਲ 21 ਸਾਲ ਹੈ ਜੀ, 21 ਸਾਲ ਮੁੰਡਾ ਹੋਵੇ, ਮੁੰਡੇ ਹੋਵੇ ਜਾਂ ਕੁੜੀ ਹੋਵੇ ਜੀ, ਇਹਦੀ 21 ਸਾਲ ਤੋਂ 18 ਸਾਲ ਹੋ ਸਕਦੀ ਹੈ ਜੀ, ਜੇ ਸੈਂਟਰ ਗਵਰਨਮੈਂਟ ਰੂਲਸ ਅਮੈਂਡ ਕਰੇ। ਠੀਕ ਹੈ, ਦਿਸ ਪਾਵਰ ਟੂ ਅਮੈਂਡ ਦਾ ਰੂਲਸ ਇਜ਼ ਵਿਦ ਦੀ ਸੈਂਟਰ ਗਵਰਨਮੈਂਟ ਐਂਡ ਪਾਵਰ ਟੂ ਅਮੈਂਡ ਦੀ ਐਕਟ ਇਜ਼ ਵਿਦ ਦੀ ਯੂਨੀਅਨ ਪਾਰਲੀਮੈਂਟ, ਬਟ ਵਿਦ ਇਨ ਦਾ ਲਿਮਿਟ ਸਟੇਟ ਦੇ ਵਿੱਚ ਵਿੱਚ ਜਿਹੜੇ ਹੈ ਉਹ ਸਟੇਟ ਗਵਰਨਮੈਂਟ ਆਪਣਾ ਕਰ ਸਕਦੀ ਹੈ, ਅੱਜ ਦੇ ਦਿਨ ਲੀਗਲ ਪ੍ਰੋਵਿਜ਼ਨ ਹੈ। ਔਰ ਜਿਹੜੀ ਵੋਟ ਬਣਨ ਦਾ ਕ੍ਰਾਈਟੀਰੀਆ ਪੂਰਾ, ਅਗਰ ਟੈਕਨੀਕਲ ਤੌਰ 'ਤੇ ਅਗਰ ਕੋਈ ਨਵਾਂ ਵੋਟਰ ਹੈ ਉਹ ਬਣਵਾਉਣਾ ਚਾਹੁੰਦਾ, ਜੇ ਤੁਸੀਂ ਦੱਸ ਸਕੋ ਕੀ ਹੋਣਾ ਚਾਹੀਦਾ। ਸਬਦ ਸੂਰਤ ਸਿੰਘ ਕਹਿੰਦੇ ਆ ਕੀ ਹੋਣਾ ਚਾਹੀਦਾ, ਪਿੱਛੇ ਕੌਰ ਸਿੰਘ ਹੋਣਾ ਜ਼ਰੂਰੀ ਹੈ। ਜੀ ਉਹਦਾ ਇਹ ਹੈਗਾ ਵੀ ਉਹ ਵੀ ਮੈਂ ਸਿੱਖ ਧਰਮ ਨੂੰ ਮੰਨਦਾ ਹੈਗਾ, ਸਿੱਖ ਧਰਮ ਤੋਂ ਇਲਾਵਾ ਮੈਂ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਦਸਾਂ ਗੁਰੂਆਂ ਨੂੰ ਮੈਂ ਮੰਨਦਾ ਹੈਗਾ। ਉਹ ਸਭੇ ਜਿਹੜਾ ਸੈਕਸ਼ਨ 217 ਦੀ ਓਥ ਹੈਗੀ ਨਾ ਜੀ, ਉਹ ਅਸੀਂ ਉਹਦੇ 'ਚ ਫੋਰਮ ਦੇ ਵਿੱਚ ਹੀ ਪਾਤੀ ਹੈਗੀ, ਜਾ ਕੇ ਉਹਦੇ ਮੁਜਬ ਉਹ ਕਰਨ ਉਹਦੇ, ਅਤੇ ਬਾਕੀ ਉਹ ਹੈਗਾ ਜੀ ਵੀ ਉਹ ਪੂਰੀ ਸਰੂਪ ਹੋਵੇ ਜੀ, ਪਤਿਤ ਨਾ ਹੋਵੇ, ਦਾੜੀ ਕੇਸ ਰੱਖਦਾ ਹੋਵੇ, ਸ਼ਰਾਬ ਨਾ ਪੀਂਦਾ ਹੋਵੇ, ਤੰਬਾਕੂ ਨਾ ਲੈਂਦਾ ਹੋਵੇ, ਹਲਾਲ ਮੀਟ ਨਾ ਖਾਂਦਾ ਹੋਵੇ। ਸਾਰੀਆਂ ਕੰਡੀਸ਼ਨ ਉਹਦੇ ਫੋਰਮ ਦੇ ਵਿੱਚ ਦਿੱਤੀਆਂ ਹੋਈਆਂ ਨੇ, ਅਸੀਂ ਸਾਰੀਆਂ ਛਾਪ ਕੇ ਦਿੱਤੀਆਂ ਹੋਈਆਂ ਨੇ। ਕੋਈ ਹੋਰ ਸਿੰਘ ਹੋਣਾ ਨਾਲ ਲਾਜ਼ਮੀ ਨਹੀਂ, ਇਹ ਕੋਈ ਉਹ ਨਹੀਂ ਹੈ ਜੀ। ਜੇ ਕਈ ਐਸੇ ਵੀ ਹੈ ਜਿਹੜੇ ਸਿੱਖ ਨਹੀਂ ਲਿਖਦੇ ਔਰ ਪਰ ਉਹ ਮੰਨਦੇ ਹੈਗੇ, ਇਹਦੇ ਐਕਟ ਦੇ ਮੁਜਬ ਕੋਈ ਜ਼ਰੂਰੀ ਨਹੀਂ ਹੈ ਕੌਰ ਜਾਂ ਸਿੰਘ ਲਿਖਣਾ, ਦੇ ਐਕਟ ਦੇ ਵਿੱਚ ਕੋਈ ਐਸੀ ਸਿੱਖੀ ਸਰੂਪ 'ਚ ਹੋਣਾ ਚਾਹੀਦਾ ਕੌਰ ਜਾਂ ਸਿੰਘ ਹੋਣਾ ਜ਼ਰੂਰੀ ਨਹੀਂ ਹੈ ਐਕਟ ਦੇ ਵਿੱਚ, ਕਿਉਂਕਿ ਦੇਖੋ ਰੂਲਸ ਔਰ ਐਕਟ ਦੇ ਮੁਜਬ ਵਿੱਚ ਐਸੀ ਕੋਈ ਸ਼ਰਤ ਨਹੀਂ ਹੈ ਵੀ ਕੌਰ ਔਰ ਸਿੰਘ ਜ਼ਰੂਰ ਹੋਣਾ ਚਾਹੀਦਾ, ਜੇ ਉਹਦੇ 'ਚ ਹੋਵੇ ਅਸੀਂ ਜ਼ਰੂਰ ਉਹਨੂੰ ਪਾਲਣਾ। ਐਗਜ਼ਾਮਪਲ ਦੇ ਤੌਰ 'ਤੇ ਸੌਖੇ ਸ਼ਬਦਾਂ 'ਚ ਸਮਝਣਾ ਚਾਹਵਾਂ, ਕੋਈ ਰਾਕੇਸ਼ ਠਾਕੁਰ ਹੈ ਲੇਕਿਨ ਸਿੱਖੀ ਸਰੂਪ ਦੇ ਵਿੱਚ ਹੈ ਤਾਂ ਹੈ ਉਸਦੀ ਵੋਟ ਹੈ? ਹਾਂ ਉਸਦੀ ਵੋਟ ਹੈ ਜੀ, ਉਹਨੂੰ ਉਹ ਸਵੇ ਕੋਸ਼ਨਾ ਦਿੰਦਾ ਹੈਗਾ ਜੀ, ਸਿੱਖੀ ਸਰੂਪ 'ਚ ਹੁੰਦਾ ਉਹ, ਆਪਣੀ ਓਥ 'ਤੇ ਸਟੇਟਮੈਂਟ ਦਿੰਦਾ ਹੈਗਾ, ਮੈਂ ਧਰਮ ਨਾਲ ਬਿਆਨ ਕਰਦਾ ਵੀ ਮੈਂ ਸਿੱਖ ਧਰਮ ਨੂੰ ਮੰਨਦਾ ਹਾਂ, ਮੈਂ ਦਸਾਂ ਗੁਰੂਆਂ ਨੂੰ ਮੰਨਦਾ ਹਾਂ, ਮੈਂ ਸਿੱਖ ਧਰਮ ਤੋਂ ਇਲਾਵਾ ਹੋਰ ਕੋਈ ਧਰਮ ਨੂੰ ਨਹੀਂ ਮੰਨਦਾ, ਅਤੇ ਉਹਦੇ 'ਚ ਕੋਈ ਉਹ ਦਿੱਕਤ ਨਹੀਂ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਦਿੱਤਾ ਸਰ, ਬਹੁਤ ਬਹੁਤ ਧੰਨਵਾਦ। ਚੱਲ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ।